ਸਤਿ ਸ਼੍ਰੀ ਅਕਾਲ ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ। ਮਾਮਲਾ ਸਿੱਖ ਸਮੁਦਾਇ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਸਾਹਮਣੇ ਆਇਆ ਹੈ ਜਿਸ ਸੰਬੰਧੀ ਅੱਜ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਕਮਿਸ਼ਨਰ ਦਫ਼ਤਰ ਪਹੁੰਚ ਕੇ ਅੰਮ੍ਰਿਤਸਰ ਪੁਲਿਸ ਦੇ ਇੱਕ ASI ਸੁਖਬੀਰ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਸਿੱਖ ਜਥੇਬੰਦੀਆਂ ਦੇ ਆਗੂ ਬਲਦੇਵ ਸਿੰਘ ਸਿਰਸਾ ਅਤੇ ਰਣਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਸੁਖਬੀਰ ਸਿੰਘ ਨਾਮਕ ਅੰਮ੍ਰਿਤਸਰ ਪੁਲਿਸ ਦੇ ASI ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਵਿੱਚ ਈਸਾਈ ਧਰਮ ਦਾ ਪ੍ਰਚਾਰ ਕਰਦਾ ਦਿਖਾਈ ਦੇ ਰਿਹਾ ਹੈ। ਜਿਸ ਦੇ ਵਿਰੋਧ ਵਿੱਚ ਅੱਜ ਸਿੱਖ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਇੱਕ ਸ਼ਿਕਾਇਤ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਪਾਸ ਦਰਜ ਕਰਵਾਉਣ ਲਈ ਪਹੁੰਚੇ ਹਾਂ। ਇਸ ਬਾਰੇ ਸਿੱਖ ਜਥੇਬੰਦੀਆਂ ਦੇ ਆਗੂ ਬਲਦੇਵ ਸਿੰਘ ਸਿਰਸਾ ਅਤੇ ਰਣਜੀਤ ਸਿੰਘ ਦਾ ਕੀ ਕਹਿਣਾ ਹੈ ਆਓ ਜਾਣਦੇ ਹਾਂ। ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਬਲਜੀਤ ਸਰਨਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਘਟਨਾ ਨੂੰ ਆਗੂ ਸਾਹਿਬਾਨਾਂ ਨੇ ਬਿਆਨ ਹੀ ਦਿੱਤਾ ਹੋਇਆ ਆ। ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਜੋ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹਰਕਤ ਕੀਤੀ ਜਾ ਰਹੀ ਹੈ, ਇਹ ਇਕੱਲਾ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਹੀ ਨਹੀਂ ਪਹੁੰਚਾਈ ਜਾ ਰਹੀ, ਇਕੱਲੀ ਸੱਟ ਹੀ ਨਹੀਂ ਮਾਰੀ ਜਾ ਰਹੀ, ਬਲਕਿ ਸਮੁੱਚੀ ਸਿੱਖ ਕੌਮ ਨੂੰ ਜਿਹੜਾ ਇਹਦੇ ਵੱਲੋਂ ਜਿਹੜਾ ਆ ਵੰਗਾਰਿਆ ਜਾ ਰਿਹਾ ਆ। ਸੋ ਅੱਜ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇੱਕ ਯਾਦ ਪੱਤਰ ਦਿੱਤਾ ਕਿ ਇਸ ਪੁਲਿਸ ਦੇ ਵਾਲੇ ਉੱਤੇ ਤੁਰੰਤ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇ, ਧਾਰਮਿਕ ਭਾਵਨਾਵਾਂ ਭੜਕਾਉਣ ਦਾ ਵੀ ਇਹਦੇ ਉੱਤੇ ਜਿਹੜਾ ਪਰਚਾ ਆ ਉਹ ਦਰਜ ਕੀਤਾ ਜਾਵੇ, ਇਹਨੂੰ ਨੌਕਰੀ ਤੋਂ ਜਿਹੜਾ ਬਰਖਾਸਤ ਆ ਉਹ ਕੀਤਾ ਜਾਵੇ, ਇਹਦੇ ਉੱਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਜੇਕਰ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਤਾਂ ਸਿੱਖ ਨੌਜਵਾਨ ਜਜ਼ਬਾਤੀ ਹੋ ਕੇ ਫਿਰ ਇਹਨੂੰ ਜੇਕਰ ਸਬਕ ਸਿਖਾ ਦਿੰਦੇ ਆ ਤਾਂ ਫਿਰ ਬਾਅਦ ਵਿੱਚ ਜਿਹੜਾ ਸਿਸਟਮ ਆ ਉਹ ਚੀਕਾਂ ਨਾ ਮਾਰੇ। ਸੋ ਮੌਕੇ ਸਿਰ ਇਹਦੇ ਉੱਤੇ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇ। ਸ੍ਰੀ ਦਰਬਾਰ ਸਾਹਿਬ ਉਹ ਸਿੱਖਾਂ ਦਾ ਕੇਂਦਰੀ ਜਿਹੜਾ ਧਰਮ ਅਸਥਾਨ ਆ, ਇਹਨੂੰ ਅਸੀਂ ਈਸਾਈਅਤ ਦਾ ਜਾਂ ਪਖੰਡਵਾਦ ਦਾ ਜਿਹੜਾ ਅੱਡਾ ਆ ਉਹ ਨਹੀਂ ਬਣਨ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੋ ਕਿ ਸਿੱਖ ਧਰਮ ਦਾ ਇਹ ਧੁਰਾ ਹੈ, ਇੱਥੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਇਸ ਦੀ ਨੀਂਹ ਰੱਖੀ ਸੀ ਔਰ ਇੱਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਜੋ ਕਿ ਸਿੱਖ ਧਰਮ ਦਾ ਸ਼ਕਤੀ ਦਾ ਪ੍ਰਤੀਕ ਹੈ, ਜਿੱਥੇ ਰਾਜਨੀਤਿਕ ਫੈਸਲੇ ਹੁੰਦੇ ਆ, ਸ੍ਰੀ ਦਰਬਾਰ ਸਾਹਿਬ ਜਿੱਥੇ ਅਧਿਆਤਕ ਤੌਰ ਦੇ ਉੱਤੇ ਲੋਕਾਂ ਨੂੰ ਇੱਥੋਂ ਸਿੱਧ ਮਿਲਦੀ ਆ, ਸਿੱਖਿਆ ਮਿਲਦੀ ਆ, ਔਰ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦੇ ਅੰਦਰ ਜੇ ਕ੍ਰਿਸਚਨ ਧਰਮ ਦਾ ਪ੍ਰਚਾਰ ਹੋਵੇਗਾ ਤਾਂ ਫਿਰ ਸਾਡਾ ਥਾਂ ਕਿਹੜਾ ਬਚਿਆ, ਔਰ ਜੇ ਉੱਥੇ ਪ੍ਰਚਾਰ ਕਰਨ ਵਾਲੇ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ, ਪਤਾ ਨਹੀਂ ਉਹ ਕਿੰਨੇ ਚਿਰ ਦਾ ਇਹ ਪ੍ਰਚਾਰ ਕਰ ਰਿਹਾ। ਸਾਡੇ ਕੋਲ ਤਾਂ ਹੁਣ ਵੀਡੀਓ ਆਈਆਂ ਨੇ ਅਤੇ ਅਸੀਂ ਇਹ ਵੇਖੀਆਂ ਨੇ ਅਤੇ ਅੱਜ ਅਸੀਂ ਇੱਥੇ ਜਿਹੜਾ ਉਹ ਪੁਲਿਸ ਕਮਿਸ਼ਨਰ ਸਾਹਿਬ ਦੇ ਦਫ਼ਤਰ ਇੱਥੇ ਪੇਸ਼ ਹੋਏ ਹਾਂ। ਸਾਰੇ ਸਾਡੇ ਨਾਲ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਸਾਡੇ ਹਾਈ ਕੋਰਟ ਦੇ ਵਕੀਲ ਨੇ ਗੁਰਮੋਹਨਪ੍ਰੀਤ ਸਿੰਘ, ਰਣਜੀਤ ਸਿੰਘ, ਇਸੇ ਤਰ੍ਹਾਂ ਤਰਸੇਮ ਸਿੰਘ, ਸਰਦਾਰ ਨਸੀਬ ਸਿੰਘ, ਜਿੰਨੇ ਵੀ ਸਾਡੇ ਇੱਥੇ ਅਹੁਦੇਦਾਰ ਨੇ ਲੋਕ ਭਲਾਈ ਇਨਸਾਫ ਵੈਲਫੇਅਰ ਚ, ਸਿੱਖ ਧਰਮ ਵੱਲੋਂ ਅਸੀਂ ਇੱਥੇ ਇਹ ਜਿਹੜੀ ਆ ਇਹ ਫੈਲ ਕੀਤੀ ਆ। ਅੱਗੇ ਕੀ ਹੁੰਦਾ, ਔਰ ਸਾਨੂੰ ਸਭ ਤੋਂ ਵੱਡਾ ਦੁੱਖ ਇਹ ਆ ਕਿ ਜੇ ਦਰਬਾਰ ਸਾਹਿਬ ਦੇ ਗਲਿਆਰੇ ਦੇ ਅੰਦਰ ਹੀ ਆ ਕੇ ਇੱਥੇ ਈਸਾਈ ਮਤ ਦਾ ਪ੍ਰਚਾਰ ਹੋਏਗਾ ਔਰ ਸਿਰ 'ਤੇ ਪੱਗ ਬੰਨੀ ਵੇਖਣ ਵਾਲੇ ਨੂੰ ਸਿੱਖ ਲੱਗੇਗਾ, ਉਹਨੇ ਛੋਟੀ ਛੋਟੀ ਦਾੜੀ ਵੀ ਰੱਖੀ ਹੋਈ ਹੈ ਔਰ ਵੇਖਣ ਨੂੰ ਉਹ ਸਿੱਖ ਲੱਗਦਾ ਹੈ, ਅਤੇ ਉੱਥੇ ਉਹ ਕਰ ਕੀ ਰਿਹਾ, ਇੱਕ ਵੀਹ ਚੇਅਰ ਦੇ ਉੱਤੇ ਆਦਮੀ ਬੈਠਾ ਹੈ ਅਤੇ ਉਹਨੂੰ ਇੱਕ ਮੰਤਰ ਕਿਸਮ ਦਾ ਉਹਦੇ ਨਾਲ ਉਹ ਮੰਤਰ ਪੜ੍ਹ ਕੇ ਅਤੇ ਫਿਰ ਉਹਨੂੰ ਕਹਿੰਦਾ ਵੀ ਉੱਠ ਤੁਰ, ਅਤੇ ਉਹਨੂੰ ਉਹ ਤੁਰਨ ਲਾ ਦਿੰਦਾ ਅਤੇ ਫਿਰ ਉਹ ਥੱਲੇ ਜਿਹੜਾ ਲਿਖਿਆ ਵੀ ਆ ਕਿ ਇੱਥੇ ਹੁਣ ਯਸੂ ਮਸੀਹ ਜੀ ਦੀ ਜਿੰਦਾ ਮਿਸਾਲ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਕਿ ਉੱਥੇ ਲੋਕ ਜਿਹੜੇ ਨੇ ਇਹ ਤੁਰ ਰਹੇ ਨੇ। ਸੋ ਸ੍ਰੀ ਦਰਬਾਰ ਸਾਹਿਬ ਅਸੀਂ ਕਿਸੇ ਧਰਮ ਦੇ ਵਿਰੁੱਧ ਨਹੀਂ, ਚਾਹੇ ਕੋਈ ਕ੍ਰਿਸਚਨ ਧਰਮ ਹੈ, ਹਿੰਦੂ ਧਰਮ ਹੈ, ਮੁਸਲਿਮ ਧਰਮ ਹੈ, ਪਰ ਸਾਡਾ ਮੱਕਾ ਸ੍ਰੀ ਦਰਬਾਰ ਸਾਹਿਬ ਜੇ ਉੱਥੇ ਆ ਕੇ ਇਸ ਤਰ੍ਹਾਂ ਹੋਵੇਗਾ ਇਸ ਚੀਜ਼ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਆਫ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਅਸੀਂ ਅੱਜ ਦਾ ਮੰਗ ਪੱਤਰ ਦੇਣ ਆਏ ਹਾਂ। ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਜਿਹਦੀ ਵਰਦੀ ਤੋਂ ਤਕਰੀਬਨ ASI ਦੇ ਅਹੁਦੇ ਦੇ ਬਰਾਬਰ ਦਾ ਅੰਦਾਜ਼ਾ ਲਾਇਆ ਜਾ ਸਕਦਾ ਕਿਉਂਕਿ ਉਹ ਮੋਢੇ 'ਤੇ 1 ਸਟਾਰ ਕੈਰੀ ਕਰਦਾ, ਉਸ ਵਰਦੀ ਦੇ ਵਿੱਚ ਈਸਾਈ ਮਤ ਦਾ ਉੱਥੇ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਜਿਹੜਾ ਆ ਉਹ ਪ੍ਰਚਾਰ ਕਰ ਰਿਹਾ, ਸਿਰ 'ਤੇ ਉਹ ਆਪਣਾ ਪੱਗ ਬੰਦ ਹੈ। ਜੇ ਦੇਖਿਆ ਜਾਵੇ ਤਾਂ ਜਿਹੜਾ ਉਹਦਾ ਅਟਾਇਰ ਆ ਉਹ ਸਿੱਖ ਧਰਮ ਵਾਲਾ ਅਸੀਂ ਸਾਫ ਸਾਫ ਦੇਖ ਸਕਦੇ ਹਾਂ, ਅਤੇ ਉਸ ਅਟਾਇਰ ਦੇ ਵਿੱਚ ਉਹ ਜਿਹੜਾ ਪ੍ਰਚਾਰ ਕਰ ਰਿਹਾ ਉਹ ਈਸਾਈ ਮਤ ਦਾ ਕਰ ਰਿਹਾ।
हुण इहदे विच जिहड़ी सब तो पहली गल आ कि भारत का जिहड़ा संविधान आ जिहदी उहने सहुं चक्की आ वर्दी पाउण लग्गिआ उह संविधान धर्म निरपक्षता की गल करदा ते इही उहने सहुं चक्की आ अपने फर्जां नूं आ सारियां चीज़ां नूं उहने कितें छिक्के ते टंगिआ होइआ सब तो पहली कंप्लेंट तां साडी इह आ ते उस तों बाद जिहड़ी दूजी गल आ इत्थे नोटिसेबल कि दो कम्यूनिटीज़ दे विच जे कोई कलैश हुंदा कल नूं क्योंकि जिस तरीके दे नाल ये बंदा सिख धर्म दीआं भावनावां नूं तार तार कर रहा तां उहदे लई ये शख्स जिहड़ा आ जिम्मेवार होया ते असी इस बाबत हैरानी करन वाली गल आ कि दरबार साहब दे बिल्कुल गलियारे दे विच जिथों तुसीं देखो कि यात्री अंदर जांदे आ ते इंस्टाग्राम ते बतौर ए वीडियोज़ उहदीआं पाईआं जा रहीआं ने अपने सोशल मीडिया अकाउंट दे उत्ते जिथों कि उहदे 14,000 प्लस जिहड़े फॉलोअर्स ने उहनां तक ये चीज़ां सारियां पहुँच रहीआं ने ਇਹ ਸਮਾਜ ਦੇ ਵਿੱਚ ਦੇਖੋ ਕੀ ਮੈਸੇਜ ਆ ਰਿਹਾ ਅਤੇ ਇਸ ਬਾਬਤ ਅਸੀਂ ਕਮਿਸ਼ਨਰ ਆਫ ਪੁਲਿਸ ਨੂੰ ਮੰਗ ਪੱਤਰ ਦੇਣ ਆਏ ਸੀ ਇਹ ਜਿਹੜਾ ਅਸੀਂ ਡਾਕੂਮੈਂਟ ਆ ਉਹ ਵੀ ਤੁਹਾਡੇ ਮੀਡੀਆ ਦੇ ਰੂਬਰੂ ਕਰ ਦਾਂਗੇ ਅਤੇ ਉਹਨਾਂ ਨੇ ਅੱਗੇ ADCP ਜਿਹੜੇ ਹੈਗੇ ਨੇ ਇੱਥੇ ਡਿਟੈਕਟਿਵ ਹਰਜੀਤ ਸਿੰਘ ਧਾਰੀਵਾਲ ਉਹਨਾਂ ਨੂੰ ਅਸੀਂ ਮਿਲ ਕੇ ਸਾਰੇ ਮਸਲੇ ਬਾਬਤ ਜਾਣੂ ਕਰਵਾਇਆ ਅਤੇ ਇਹਦੇ ਵਿੱਚ ਜੇ ਦੇਖਿਆ ਜਾਵੇ ਨਾ ਤਾਂ ਕੇਵਲ ਭਾਰਤ ਦੇ ਸੰਵਿਧਾਨ ਦੀਆਂ ਧੱਜੀਆਂ ਉੱਡ ਰਹੀਆਂ ਜਿਹੜੇ ਬੇਸਿਕ ਬੁਨਿਆਦੀ ਹੱਕ ਨੇ ਜਿਨ੍ਹਾਂ ਨੂੰ ਅਸੀਂ ਫੰਡਾਮੈਂਟਲ ਰਾਈਟਸ ਕਹਿੰਦੇ ਹਾਂ ਉਸ ਤੋਂ ਇਲਾਵਾ ਇੰਡੀਅਨ ਪੀਨਲ ਕੋਡ ਦੀ ਧਾਰਾ ਜਿਹੜੀ ਆ 295E ਸਿੱਧੀ ਸਿੱਧੀ ਉਹਦੀ ਵਾਇਲੇਸ਼ਨ ਹੈ ਅਤੇ ਅਜਿਹੇ ਬੰਦੇ ਜਿਹੜੇ ਨੇ ਜਦੋਂ ਇਹ ਡਿਊਟੀ 'ਤੇ ਬੈਠਣਗੇ ਕਿਉਂਕਿ ਪੰਜਾਬ ਪੁਲਿਸ ਦੇ ਵੀ ਉਹਨਾਂ ਨਾਲ ਗੱਲ ਹੋਈ ਕਿ ਪਿੱਛੇ ਲਿਖਿਆ ਹੋਇਆ ਸ਼ੁਭ ਕਰਮਨ 'ਤੇ ਕਬਹੂ ਨਾ ਟਰੋ ਅਤੇ ਜਦੋਂ ਇਸ ਤਰੀਕੇ ਦੇ ਮੁਲਾਜ਼ਮ ਜਿਹੜੇ ਆ ਵਰਦੀ ਦੇ ਵਿੱਚ ਆ ਕੇ ਆਹ ਸਭ ਕੁਛ ਕਰਨਗੇ ਅਤੇ ਉਹ ਸਮਾਜ ਦੇ ਵਿੱਚ ਜਿਹੜਾ ਆ ਕੀ ਮੈਸੇਜ ਜਾ ਰਿਹਾ